पंजाब भगवंत सिंह मान उन्हों का बयान आया है कि जिन्हें भी लोगों को पंजाब दे विच असला लाइसेंस है 3 महीनों बाद पड़ताल करया करांगे कि इन्हां कोल जिहड़ा असला लाइसेंस है इहदा किन्ना किन्ना ने वरतू कीती है। पहला मान साहब को यह गल सोचनी चाहिए है जिहड़ा अमृतपाल है वह 40-40 बंदे असले वाले नाल लेके घूम के दहशत क्रिएट कर रहे हैं। असीं किहड़े लसंसा की गल करिए, ये तो हिंदुओं को दबाने लई कि हिंदुओं ने हुण लगातार सिक्योरिटी की जगह लसंस मंगे, नवा ही काम करता कि लसंस बंद है जी, लसंस कैंसल करे जाएगा जी लसंस। वो सब तो पहला जिहड़ा बंदा जहर घोट रहा हिंदू सिखा च उन्होंने तो नकेल पाओ। 200 तो वध लाइसेंस क्योंकि थोड़ा स्थान भी पटियाला जा, पटियाला दी डीसी ने सस्पेंड करते ने। मैं डीजी नूं बधाई देना कि पहले दिन डीजी बोलिया था सही, 3 महीने च बोले ही कोई नहीं, ना मुख्यमंत्री ना डीजी, सारे मिट्टी के बाद बने हुए हैं, प्रैक्टिकली गल है। पुलिस वारदातों कह रही है भी खत्म हो चुके, फिर साडा सूरी किद्दां मर गया? SP उत्थे खड़ा है, DSP उत्थे खड़ा है, सारे उत्थे खड़े हैं, 16 गनमैन खड़े ने उहदे सामने गोलियां मार दियां। ਮੈਨੂੰ ਲੱਗਦਾ ਇੱਕ ਮੌਕੇ ਦੀ ਭਾਵਨਾ ਸੀ ਸੰਦੀਪ ਸਿੰਘ ਸੰਨੀ ਦੀ, ਕੋਈ ਪਲੈਨਿੰਗ ਕੰਮ ਹੋਇਆ ਕਰਦੇ ਆ, ਭਾਵਨਾ ਨਹੀਂ ਹੋਇਆ ਕਰਦੀ ਇੰਨੀ ਭਾਵਨਾ ਚ। ਕੀ ਕਹਿੰਦੇ ਹੋ ਕਿ ਪੁਲਿਸ ਨੇ ਮਿਲ ਕੇ ਕਤਲ ਕਰਾਇਆ ਜਿਵੇਂ ਤੁਸੀਂ ਕਹਿੰਦੇ ਹੋ? SP ਖੜੇ ਆ, DSP ਖੜੇ ਆ, ਕਿਹਾ ਬਿਲਕੁਲ ਮਿਲੀ ਭਗਤ ਰਾਉਂ ਦੀ ਤਾਂ ਬਾਅਦ ਚ ਵੀ ਉਹਦੇ ਗੋਲੀ ਤਾਂ ਮਾਰਦੇ। ਇਹ ਪੰਨੂ ਵਰਗਿਆਂ ਨੂੰ ਇਹਨੂੰ ਮੈਂ ਕਹਿਣਾ ਵੀ ਉਰੇ ਆ, ਕਿਉਂ ਫੁੱਦੂ ਬਣਾ ਰਿਹਾ ਪੰਜਾਬ ਦੇ ਸਰਦਾਰਾਂ ਨੂੰ ਤੂੰ? ਇਹ 1 ਲੱਖ ਸਿੱਖ ਮੇਰੇ ਹੀ ਵੋਟ ਵਾਲੇ ਪਾਸੇ ਖੜਾ ਹੋਊਗਾ, ਚੈਲੰਜ ਹੈ ਮੇਰਾ। ਅੰਗੇਸ ਖਾਲਿਸਤਾਨ ਇਹ ਚੰਦ ਮੁੱਠੀ ਭਰ ਲੋਕ ਨੇ ਜਿਹੜੇ ਲੋਕ ਇਹ ਗੱਲ ਕਰਦੇ ਨੇ, ਚਾਹੇ ਉਹ ਬੱਬਰ ਖਾਲਸਾ ਚਾਹੇ ਉਹ ਖਾਲਿਸਤਾਨ, ਪੂਰੇ ਵਾਰਦਾਤਾਂ ਕਰਕੇ ਅਸੀਂ ਜ਼ਿੰਮੇਵਾਰੀ ਲੈ ਰਹੇ ਹਾਂ, ਫਲਾਣਾ ਲੈ ਰਹੇ ਹਾਂ। ਮੈਂ ਉਹਨਾਂ ਨੂੰ ਇੱਕ ਗੱਲ ਪੁੱਛਦਾ ਕਿ ਉਹਨਾਂ ਦੀ ਬਰੀਡ ਕਿਹੜੀ ਹੈ? ਪੰਜਾਬ ਪੁਲਿਸ ਵਾਲੇ ਰਿਵਾਲਵਰਾਂ ਲੈ ਕੇ, ਵੱਡੇ ਵੱਡੇ AK-47 ਲੈ ਕੇ, ਉਹ ਕਹਿੰਦੇ ਵੀ ਇਹ ਕਿਹੜਾ ਧਰਮ ਆਗੂ ਹੈ? ਲੋਕ ਪਹਿਲਾ ਸਵਾਲ ਕਰਦੇ ਵੀ ਇਹਨੂੰ ਇੱਦਾਂ ਕੁਛ ਆਈ ਪਾਈ ਹੈ। ਮੈਂ ਕੋਈ ਅਸਲਾ ਲੈ ਕੇ ਨਹੀਂ ਫਿਰ ਰਿਹਾ ਹੱਥ 'ਚ, ਕੁਛ ਨਹੀਂ, ਕਿਉਂਕਿ ਮੇਰੀ ਤੁਹਾਡੇ ਨਾਲ ਹੀ ਗਿਣਿਆ ਜਾਏਗਾ। ਇੱਕ ਵਾਰ ਕਹੂੰਗਾ ਕੈਮਰਾਮੈਨ ਨੂੰ ਦਿਖਾਣਗੇ ਵੀ ਜਿਹੜੇ ਗਨਮੈਨ ਖੜੇ ਨੇ ਇਹ ਅਸਲਾ ਤੁਹਾਡੇ ਨਾਲ ਹੀ ਗਿਣਿਆ ਜਾਏਗਾ ਕਿ ਜਦੋਂ ਪੰਚਾਨੰਦ ਗਿਰੀ ਮਹਾਰਾਜ ਝਟਕਾ ਤੋਂ ਨਿਕਲਦੇ ਆ ਤਾਂ ਇਸ ਤਰ੍ਹਾਂ ਗਨਮੈਨ ਵੀ ਨਾਲ ਹੁੰਦੇ ਆ ਇਹਨਾਂ ਦੇ, ਇਹ ਤੁਹਾਡੇ ਹੀ ਸਾਰੇ ਸਿਪਾ ਸਲਾਰ ਨੇ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇਖਣ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ। ਸੋ ਹਾਲ ਹੀ 'ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਦਾ ਬਿਆਨ ਆਇਆ ਹੈ ਕਿ ਜਿੰਨੇ ਵੀ ਲੋਕਾਂ ਕੋਲ ਪੰਜਾਬ ਦੇ ਵਿੱਚ ਅਸਲਾ ਲਾਇਸੈਂਸ ਹੈਗੇ ਨੇ, ਭਾਵੇਂ ਉਹ ਕੋਈ ਸਿਆਸਤਦਾਨ ਨੇ, ਭਾਵੇਂ ਉਹ ਕੋਈ ਖਿਡਾਰੀ ਨੇ, ਭਾਵੇਂ ਉਹ ਕੋਈ ਸੈਲੀਬ੍ਰਿਟੀ ਨੇ, ਭਾਵੇਂ ਕੋਈ ਉਹ ਧਰਮ ਗੁਰੂ ਨੇ, ਭਾਵ ਕਿਸੇ ਵੀ ਖੇਤਰ ਦਾ ਵਿਅਕਤੀ ਹੈ, ਭਾਵੇਂ ਕੋਈ ਦੁਕਾਨਦਾਰ ਵੀ ਹੈ ਜਿਹਦੇ ਕੋਲ ਅਸਲਾ ਲਾਇਸੈਂਸ ਨੇ, ਉਹਨਾਂ ਦੀ ਅਸੀਂ ਹਰ 3 ਮਹੀਨਿਆਂ ਬਾਅਦ ਪੜਤਾਲ ਕਰਿਆ ਕਰਾਂਗੇ ਕਿ ਇਹਨਾਂ ਕੋਲ ਜਿਹੜਾ ਅਸਲਾ ਲਾਇਸੈਂਸ ਹੈ ਇਹਦਾ ਕਿੰਨਾ ਕਿੰਨਾ ਨੇ ਵਰਤੋਂ ਕੀਤੀ ਹੈ, ਕਿੰਨੀ ਕਿੰਨਾ ਲੋੜ ਹੈ ਕਿ ਨਹੀਂ, ਅਤੇ ਨਾਲ ਹੀ ਧਰਮ ਸਥਲਾਂ 'ਤੇ ਜਿਹੜੇ ਆਗੂ ਨੇ ਉਹ ਵੀ ਜਿਹੜੇ ਆਪਣੇ ਨਾਲ ਜਿਹੜੇ ਲਾਇਸੈਂਸ ਅਸਲਾ ਰੱਖਦੇ ਨੇ ਉਹ ਕਿੰਨਾ ਕੁ ਜਾਇਆ ਜਾਏਗਾ। ਸੋ ਇਹਦੇ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਮਾਂ ਕਮਾਖਿਆ ਦੇਵੀ ਮੰਦਿਰ ਗੁਹਾਟੀ ਅਤੇ ਮਾਂ ਕਾਲੀ ਮਾਤਾ ਮੰਦਿਰ ਪਟਿਆਲਾ ਦੇ ਪੀਠਾਸ਼ਵਰ ਪੰਚਾਨੰਦ ਗਿਰੀ ਮਹਾਰਾਜ ਸਾਡੇ ਨਾਲ ਮੌਜੂਦ ਨੇ। ਸੋ ਗਿਰੀ ਜੀ, ਪਹਿਲਾ ਸਵਾਲ ਇਹੀ, ਮੁੱਖ ਮੰਤਰੀ ਪੰਜਾਬ ਸਾਹਿਬ ਦਾ ਜਿਹੜਾ ਬਿਆਨ ਆਉਂਦਾ ਮਾਨ ਸਾਹਿਬ ਦਾ ਕਿ ਜਿਹੜੇ ਧਾਰਮਿਕ ਜਿਹੜੇ ਹੈਗੇ ਨੇ ਸਥਲਾਂ ਦੇ ਆਗੂ ਹੈਗੇ ਨੇ ਜਿਹਨਾਂ ਨੇ ਸਨਾਤਨੀ ਪ੍ਰਚਾਰ ਕਰਨਾ, ਕਿਸੇ ਵੀ ਧਰਮ ਦਾ ਪ੍ਰਚਾਰ ਕਰਨਾ, ਉਹਨਾਂ ਨੂੰ ਹਥਿਆਰ ਕਿੰਨਾ ਜ਼ਰੂਰੀ ਲੱਗਦਾ ਤੁਹਾਨੂੰ? ਦੇਖੋ, ਸਭ ਤੋਂ ਪਹਿਲਾਂ ਮਾਨ ਸਾਹਿਬ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਜਿਹੜਾ ਅੰਮ੍ਰਿਤਪਾਲ ਹੈ ਉਹ 40-40 ਬੰਦੇ ਅਸਲੇ ਵਾਲੇ ਨਾਲ ਲੈ ਕੇ ਘੁੰਮ ਕੇ ਦਹਿਸ਼ਤ ਕ੍ਰੀਏਟ ਕਰ ਰਹੇ ਹੈ ਔਰ ਹਿੰਦੂ ਸਿੱਖ ਭਾਈਚਾਰੇ 'ਚ ਪਾੜ ਪਰਨ ਲਈ ਇਹੋ ਜਿਹੀ ਭਿੰਡਰਾਂ ਵਾਲੇ ਦੀ ਨੀਤੀ 'ਤੇ ਚੱਲ ਰਿਹਾ ਹੈ। ਉਸ 'ਤੇ ਤਾਂ ਹਾਲੇ ਤੱਕ ਕੋਈ ਐਕਸ਼ਨ ਨਹੀਂ ਹੋਇਆ, ਅਸੀਂ ਕਿਹੜੇ ਲਸੰਸਾਂ ਦੀ ਗੱਲ ਕਰੀਏ? ਇਹ ਤਾਂ ਹਿੰਦੂਆਂ ਨੂੰ ਦਬਾਉਣ ਲਈ ਕਿ ਹਿੰਦੂਆਂ ਨੇ ਹੁਣ ਲਗਾਤਾਰ ਸਿਕਿਉਰਿਟੀ ਦੀ ਜਗ੍ਹਾ ਲਸੰਸ ਮੰਗੇ ਕਿ ਅਸੀਂ ਸ਼ਿਵ ਸ਼ਕਤੀ ਦਾ ਜਾਪ ਕਰਾਂਗੇ, ਹਮ ਆਪਣੀ ਰੱਖਿਆ ਆਪ ਕਰਾਂਗੇ, ਕਿ ਸਾਨੂੰ ਲਸੰਸ ਦਿਓ। ਨਵਾਂ ਹੀ ਕੰਮ ਕਰਤਾ ਕਿ ਲਸੰਸ ਬੰਦ ਹੈ ਜੀ, ਲਸੰਸ ਕੈਂਸਲ ਕਰੇ ਜਾਏਗਾ ਜੀ ਲਸੰਸ। ਉਹ ਸਭ ਤੋਂ ਪਹਿਲਾਂ ਜਿਹੜਾ ਬੰਦਾ ਜ਼ਹਿਰ ਘੋਟ ਰਿਹਾ ਹਿੰਦੂ ਸਿੱਖਾਂ 'ਚ ਉਹਨਾਂ ਨੂੰ ਤਾਂ ਨਕੇਲ ਪਾਓ। 200 ਤੋਂ ਵੱਧ ਲਾਇਸੈਂਸ ਕਿਉਂਕਿ ਤੁਹਾਡਾ ਸਥਾਨ ਵੀ ਪਟਿਆਲਾ ਜਾ, ਪਟਿਆਲਾ ਦੀ ਡੀਸੀ ਨੇ ਸਸਪੈਂਡ ਕਰਤੇ ਨੇ, ਅਤੇ ਉਹਦੇ 'ਚ ਹੁਣ ਇਹ ਵੀ ਚੀਜ਼ ਕਹਿ ਰਿਹਾ ਕਿ ਧਰਮ ਸਥਲਾਂ 'ਤੇ ਵੀ ਜਾ ਕੇ ਆਪਾਂ ਵੈਰੀਫਿਕੇਸ਼ਨ ਕਰਾਂਗੇ, ਹੋਣੀ ਚਾਹੀਦੀ ਕਿ ਨਹੀਂ? ਮੈਂ ਕਿਹਾ ਬਿਲਕੁਲ ਹੋਣੀ ਚਾਹੀਦੀ ਹੈ, ਅਸੀਂ ਵੈਰੀਫਿਕੇਸ਼ਨ ਤੋਂ ਕੋਈ ਨਹੀਂ ਭੱਜਦਾ, ਜਿਹਨੂੰ ਨਹੀਂ ਜ਼ਰੂਰਤ ਉਹਦੇ ਕੈਂਸਲ ਕਰ ਦਿਓ। ਲੇਕਿਨ ਜਿਹੜੇ ਲੋਕ ਦਹਿਸ਼ਤ ਫੈਲਾ ਰਹੇ ਹੈ, ਹਿੰਦੂ ਸਿੱਖ ਭਾਈਚਾਰਾ ਖਤਮ ਕਰ ਰਹੇ ਹੈ, ਉਹ ਪਹਿਲਾਂ ਉਹਨਾਂ ਨੂੰ ਤਾਂ ਨਕੇਲ ਪਾਓ, ਉਹਨਾਂ ਦੇ ਅਸਲੇ ਤਾਂ ਅੰਦਰ ਕਰੋ, ਉਹ ਤਾਂ ਥਾਣੇ 'ਚ ਜਮ੍ਹਾਂ ਕਰਾਓ, ਉਹਨਾਂ ਦੇ ਲਸੰਸ ਤਾਂ ਕੈਂਸਲ ਕਰੋ। ਉਹਨਾਂ ਨੂੰ ਤਾਂ ਤੁਸੀਂ ਹੁੰਮ ਹਮਾ ਕੇ ਕਹਿ ਰਹੇ ਹੈ ਵੀ ਕੋਈ ਦਿੱਕਤ ਨਹੀਂ, ਅੱਜ DGP ਗੌਰਵ ਯਾਦਵ ਦਾ ਸਟੇਟਮੈਂਟ ਆਇਆ ਹੈ ਕਿ ਅੰਮ੍ਰਿਤਪਾਲ ਸੁਤੰਤਰ ਹੈ ਪ੍ਰਚਾਰ ਕਰਨ ਲਈ, ਲੇਕਿਨ ਕਾਨੂੰਨ ਦੇ ਅਗਰ ਕੋਈ ਗਲਤ ਚੱਲੂਗਾ ਤਾਂ ਕਾਰਵਾਈ ਹੋਊਗੀ। ਮੈਂ DG ਨੂੰ ਵਧਾਈ ਦਿੰਦਾ ਕਿ ਪਹਿਲੇ ਦਿਨ DG ਬੋਲਿਆ ਤਾਂ ਸਹੀ,
तीन महीने च बोले ही कोई नहीं, ना मुख्यमंत्री ना डी जी, अज पहली बार बोले है। शुक्र है बोले है कि कानून दे दायरे तो बाहर जाऊगा तो कार्रवाई करांगे। की कहने, मिट्टी दे माधो बने हुए सी? सारे मिट्टी दे माधो बने हुए हैं, प्रैक्टिकली गल है। अच्छा, तुसी एक चीज छोटी जी देखो कि अमृतपाल दे प्रोग्राम नु सुरक्षा दी जा रही है, वो बंदा चैलेंज कर रहा है संगठना नु, जे उत्थे कोई विरोध करन जा रहे है तो पुलिस प्रोटेक्शन उन्होंने दे रही है और उन्हां दी अरेस्टां पा रही है। जेडे लोग कह रहे हैं भी साढ़े नाल अमनों सामने का बहस कर लै, गल ये है कि आप जो एजेंडा लैके चलीए, देखो तुम भी सनातनी प्रचार करते हो, अपने हिंदू धर्म का प्रचार करते हो, अमृतपाल सिख धर्म के प्रचार की गल कर रहा है, कोई भी आप धर्म की गल कर लीए, आप ईसाई धर्म की गल करिए, आप शाही इमाम जरा लुधियाने बैठते उन्हों की गल कर लीए, चंडीगढ़ की गल कर लीए, ना कभी ईसाइया के आप धर्म आगू उन्होंने को हथियार देखे है, ना उन्होंने गनमैन देखे, ना मुसलमाना देखे है, ये हिंदू तो सिखा जी की कह लिए आप होर चल पी है, उन्होंने को ही मिलने हथियार थानू, ऐसा कुछ नहीं है। ਦਿਖਦਾ ਪਿਆ ਪੰਜਾਬ ਦੂਰ ਸਿੱਖਾਂ ਕੋਲ ਤੁਹਾਨੂੰ ਇਸ ਲਈ ਦਿਖਦਾ ਕਿ ਉਹ ਲਾਇਸੈਂਸੀ ਹਥਿਆਰ ਨੇ, ਲੇਕਿਨ ਮੁਸਲਮਾਨ ਜਾਂ ਕ੍ਰਿਸਚਨ ਦੋ ਨੰਬਰ ਦੇ ਅਸਲੀ ਰੱਖਣ ਦੇ ਸ਼ੁਰੂ ਤੋਂ ਇਤਿਹਾਸ ਗਵਾਹ ਹੈ, ਉਹਨਾਂ ਨੂੰ ਲੋੜ ਹੀ ਨਹੀਂ ਦਿਖਾਉਣ ਦੀ, ਉਹ ਤਾਂ ਵਾਰਦਾਤ 'ਤੇ ਦਿਖਦੇ ਨੇ, ਕਿਉਂਕਿ ਸਾਰੀ ਟੈਰਿਸਟ ਐਕਟੀਵਿਟੀ ਜਿਹੜੀ ਹੈ, ਲੋਕ ਕਹਿ ਦਿੰਦੇ ਆ ਜੀ ਅੱਤਵਾਦੀ ਦਾ ਕੋਈ ਧਰਮ ਨਹੀਂ ਹੁੰਦਾ, ਜਦ ਵੀ ਕੋਈ ਵਾਰਦਾਤ ਹੁੰਦੀ ਹੈ ਉਹਦਾ ਇਸਲਾਮ ਨਾਲ ਕਿਉਂ ਲਿੰਕ ਨਿਕਲਦਾ, ਉਹਦਾ ਇਸਲਾਮ ਨਾਲ ਲਿੰਕ ਕਿਉਂ ਨਿਕਲਦਾ, ਪੂਰੇ ਦੇਸ਼ 'ਚ ਜਿੰਨੀਆਂ ਵਾਰਦਾਤਾਂ ਹੋਈਆਂ, ਜਿਹੜਾ ਵੀ ਹਰ ਗੱਲ ਆਈਐਸਆਈ ਵੱਲ ਜੁੜ ਜਾਂਦੀ ਹੈ, ਬਿਲਕੁਲ ਪਾਕਿਸਤਾਨ ਵੱਲ ਜੁੜਦੀ ਹੈ। ਜਿਹੜੇ ਲੋਕ ਇਹ ਗੱਲ ਕਰਦੇ ਨੇ, ਚਾਹੇ ਉਹ ਬੱਬਰ ਖਾਲਸਾ ਚਾਹੇ ਉਹ ਖਾਲਿਸਤਾਨ ਹੈ, ਉਹ ਕਰਦੇ ਨੇ ਉਰੇ ਵਾਰਦਾਤਾਂ ਕਰਕੇ ਅਸੀਂ ਜ਼ਿੰਮੇਵਾਰੀ ਲੈ ਰਹੇ ਹਾਂ, ਫਲਾਣਾ ਲੈ ਰਹੇ ਹਾਂ। ਮੈਂ ਉਹਨਾਂ ਨੂੰ ਇੱਕ ਗੱਲ ਪੁੱਛਦਾ ਕਿ ਉਹਨਾਂ ਦੀ ਬਰੀਡ ਕਿਹੜੀ ਹੈ, ਨਸਲ ਹੈ? ਹਾਂ, ਸਾਡੇ 10 ਦੇ 10 ਗੁਰੂਆਂ ਨੇ ਮੁਗਲਿਆਂ ਦੇ ਖਿਲਾਫ ਲੜਾਈ ਲੜੀ, ਗੁਰੂ ਗੋਬਿੰਦ ਨੇ ਆਪਣੇ ਦੋ ਬੱਚੇ ਚਨਵਾ ਤੇ ਦੋ ਯੁੱਧ 'ਚ ਮਰਵਾ ਤੇ, ਲੇਕਿਨ ਮੁਗਲਿਆਂ ਦੇ ਖਿਲਾਫ ਲੜਾਈ ਬੰਦ ਨਹੀਂ ਕਰੀ, ਸੰਦੇਸ਼ ਦਿੱਤਾ ਕਿ ਮੁਗਲੇ ਤੇ ਇਤਵਾਰ ਨਾ ਕਰੋ। ਤੁਸੀਂ ਆਪਣਾ ਸਾਰਾ ਜੀਵਨ ਧਰਮ ਦੇ ਪ੍ਰਚਾਰ ਲੇਖੇ ਵਿੱਚ ਲਾਇਆ, ਆਪਣੀ ਜਵਾਨੀ ਲਾਤੀ, ਹੁਣ ਤੁਸੀਂ ਅੱਗੇ ਬਿਰਧ ਅਵਸਥਾ ਵੱਲ ਵੀ ਜਾ ਰਹੇ ਹੋ, ਇਹੀ ਤੁਹਾਡਾ ਜੀਵਨ ਦਾ ਮਕਸਦ ਰਹੇਗਾ, ਅੱਜ ਤੱਕ ਤੁਸੀਂ ਕੋਈ ਇਹੋ ਜਿਹੇ ਮੈਂ ਕਹਾਂ ਜਿਹਨੂੰ ਆਮ ਸ਼ਬਦਾਂ 'ਚ ਕਹੀਏ ਕੋਈ ਪੰਗਾ ਤੁਸੀਂ ਇਹੋ ਜਿਹਾ ਲਿਆ ਸੀ ਜਾਂ ਕੋਈ ਵਿਵਾਦਿਤ ਬਿਆਨ ਦਿੱਤੇ ਸੀ, ਤੁਹਾਨੂੰ ਇਹ ਗਨਮੈਨ ਹਥਿਆਰ ਕਿਉਂ ਲੋੜ ਪੈ ਗਈ? ਐਸਾ ਹੈ ਯਾ ਤੁਸੀਂ ਹਮੇਸ਼ਾ ਸਨਾਤਨੀ ਪ੍ਰਚਾਰ ਕੀਤਾ ਹੈ, ਤੁਸੀਂ ਕਦੀ ਕਿਸੇ ਧਰਮ ਨੂੰ ਨਿੰਦਿਆ ਵੀ ਨਹੀਂ ਹੋਣਾ, ਅਸੀਂ ਕਿਸੇ ਤੁਸੀਂ ਕੋਈ ਸਿਆਸਤਦਾਨ ਵੀ ਨਹੀਂ ਹੋ, ਅਸੀਂ ਕਿਸੇ ਧਰਮ ਦੀ ਨਿੰਦਿਆ ਨਹੀਂ ਕਰਦੇ, ਨਾ ਰਾਜਨੀਤੀ ਕਰਦੇ ਹਾਂ, ਬਿਲਕੁਲ। ਇਹ ਜਿਹੜੀ ਸੁਰੱਖਿਆ ਅੱਜ ਦੀ ਨਹੀਂ ਹੈ ਮੇਰੇ ਕੋਲ, ਸਨ 83 ਦੀ ਹੈ, ਕਿਉਂਕਿ ਜਦ ਭਿੰਡਰਾਂ ਵਾਲੇ ਦਾ ਅਸੀਂ ਲੋਕਾਂ ਨੇ ਵਿਰੋਧ ਕਰਿਆ, 38 ਸਾਲ ਹੋ ਗਏ ਤੁਹਾਨੂੰ, ਮਤਲਬ ਜਦ ਭਿੰਡਰਾਂ ਵਾਲੇ ਦਾ ਵਿਰੋਧ ਕਰਿਆ ਤਾਂ ਭਿੰਡਰਾਂ ਵਾਲੇ ਨੇ ਪਵਨ ਸ਼ਰਮਾ ਜੀ ਔਰ ਮੇਰੀਆਂ ਮਟਕੇ ਜੋ ਪਰਚੀਆਂ ਕੱਢੀਆਂ ਸੀ 24 ਘੰਟੇ 'ਚ ਮਰਵਾ ਦਿੰਦਾ ਹੁੰਦਾ ਸੀ ਪਵਨ ਸ਼ਰਮਾ ਪਟਿਆਲੇ ਵਾਲੇ। ਹਾਂ, ਅੱਛਾ। ਲੇਕਿਨ ਮਾਂ ਕਾਲੀ ਦੀ ਕਿਰਪਾ ਐਸੀ ਰਹੀ ਹੈ, 38 ਸਾਲ ਹੋ ਗਏ, ਅੱਜ ਤੱਕ ਮਾਈ ਨੇ ਕੁਝ ਨਹੀਂ ਵਿਗੜਨ ਦਿੱਤਾ, ਇਹ ਸੁਰੱਖਿਆ ਉਸ ਟਾਈਮ ਤੋਂ ਲਗਾਤਾਰ ਚੱਲਦੀ ਆ ਰਹੀ ਹੈ 38 ਸਾਲ ਤੋਂ, ਕਿਉਂਕਿ ਗੱਲ ਇਹ ਹੈ ਵੀ ਜਿਹੜਾ ਦੇਸ਼ ਦਰੋਹੀ ਦੀ ਗੱਲ ਕਰੂਗਾ ਉਹਦਾ ਤਾਂ ਵਿਰੋਧ ਅਸੀਂ ਕਰਨਾ ਹੀ ਕਰਨਾ, ਅਸੀਂ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਹਾਂ। ਮੈਂ ਖੁਦ ਨਿਰਮਲ ਅਖਾੜੇ ਦਾ ਪ੍ਰਚਾਰ ਕਰਦਾ ਰਿਹਾ ਸਿੱਖੀ ਦਾ, ਗੁਰੂ ਗ੍ਰੰਥ ਸਾਹਿਬ ਦਾ 3 ਸਾਲ ਮੈਂ ਮਹਾਮੰਡੇਸ਼ਵਰ ਰਿਹਾ, ਮੇਰੇ ਲਈ ਸ਼ਾਇਦ ਹਰਿਮੰਦਰ ਸਾਹਿਬ ਆਮ ਸਿੱਖ ਲਈ ਇੰਨੀ ਆਸਥਾ ਨਾ ਹੋਵੇ ਜਿੰਨੀ ਮੇਰੇ ਅੰਦਰ ਆਸਥਾ ਹੈ ਉੱਥੇ ਲਈ ਜਾਂ ਗੁਰਦੁਆਰਿਆਂ ਲਈ, ਕਿਉਂਕਿ ਮੈਂ ਤਾਂ ਖੁਦ ਮਹਾਮੰਡੇਸ਼ਵਰ ਰਿਹਾ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਨੰਦੇੜ ਸਾਹਿਬ ਜਿੱਦਾਂ ਆਰਤੀ ਹੁੰਦੀ ਹੈ, ਸ਼ਸਤਰਾਂ ਨੂੰ ਚੰਦਨ ਲੱਗਦਾ, ਜਿਹੜਾ ਮੈਂ ਲਾਇਆ ਹੋਇਆ ਇਹ ਠੀਕ ਹੈ, ਪੰਜਾਬ ਦੇ ਅੰਦਰ ਹੀ ਨਾ ਲੋਕਾਂ ਨੇ ਰੀਤ ਬਦਲਤੀ, ਲੇਕਿਨ ਟੋਟਲ ਰਿਹਾ ਤਾਂ ਸਨਾਤਨੀ ਹੈ। ਨਾਨਕ ਝੀਰੀ ਚਲੇ ਜਾਓ, ਨੰਦੇੜ ਸਾਹਿਬ ਚਲੇ ਜਾਓ, ਅੱਜ ਵੀ ਪੁਰਾਣੀ ਪਰੰਪਰਾ ਸਨਾਤਨੀ ਹੈ, ਪਰ ਆਰਤੀ ਹੁੰਦੀ ਹੈ ਨੰਦੇੜ ਸਾਹਿਬ ਦੇ ਅੰਦਰ। ਗਿਰੀ ਜੀ ਮਹਾਰਾਜ, ਇੱਕ ਸਵਾਲ ਜਿਹਨ ਚਾਹੁੰਦਾ, ਜੋ ਤੁਹਾਡਾ ਇੱਕ ਪਹਿਲੀ ਦੇਖ ਆਉਂਦੀ ਹੈ ਕਿ ਤੁਸੀਂ ਧਰਮ ਗੁਰੂ ਹੈਗੇ ਹੋ, ਤੁਹਾਡੇ ਹੱਥ 'ਚ ਤਰਸ਼ੂਲ ਹੋਵੇ ਤਾਂ ਚੰਗਾ ਲੱਗਦਾ, ਇਹ ਪੰਜਾਬ ਪੁਲਿਸ ਵਾਲੇ ਰਿਵਾਲਵਰਾਂ ਲੈ ਕੇ ਵੱਡੇ ਵੱਡੇ AK-47 ਲੈ ਕੇ, ਉਹ ਕਹਿੰਦੇ ਵੀ ਇਹ ਕਿਹੜਾ ਧਰਮ ਆਗੂ ਹੈ, ਲੋਕ ਪਹਿਲਾਂ ਸਵਾਲ ਕਰਦੇ ਆ ਵੀ ਇਹਨੂੰ ਇੱਦਾਂ ਕੁਛ ਆਈ ਫਾਈ ਹੈ। ਐਕਚੁਅਲੀ ਐਸਾ, ਲੋਕਾਂ ਨੇ ਤਾਂ ਸਵਾਲ ਹਰ ਬੰਦੇ ਨੂੰ ਕਰਨੇ ਹੁੰਦੇ, ਉਹਨਾਂ ਦੀ ਤਾਂ ਆਦਤ ਹੈ, ਅਗਰ ਕੱਲ੍ਹ ਨੂੰ ਕੋਈ ਗੋਲੀ ਮਾਰ ਜਾਏਗਾ ਤਾਂ ਉਹ ਕਹੇਗੇ ਸੁਰੱਖਿਆ ਕਿਉਂ ਨਹੀਂ ਸੀ, ਅਗਰ ਹੈਗੀ ਤਾਂ ਕਿਉਂ ਹੈ, ਇਸ ਕਰਕੇ ਲੋਕਾਂ ਦੀ ਪਰਵਾਹ ਨਹੀਂ ਕਰਿਆ ਕਰਦੇ। ਅਸੀਂ ਧਰਮ ਦੇ ਅੰਦਰ ਧਰਮ ਨੂੰ ਜੀਵਤ ਰੱਖਣਾ, ਮੈਂ ਕੋਈ ਅਸਲਾ ਲੈ ਕੇ ਨਹੀਂ ਫਿਰ ਰਿਹਾ ਹੱਥ 'ਚ, ਕੁਛ ਨਹੀਂ, ਕਿਉਂਕਿ ਮੇਰੀ ਤੁਹਾਡੇ ਨਾਲ ਹੀ ਗਿਣਿਆ ਜਾਏਗਾ, ਇੱਕ ਵਾਰ ਕਹੂੰਗਾ ਕੈਮਰਾਮੈਨ ਨੂੰ ਦਿਖਾਣਗੇ ਵੀ ਜਿਹੜੇ ਗਨਮੈਨ ਕੜੇ ਨੇ ਇਹ ਅਸਲਾ ਤੁਹਾਡੇ ਨਾਲ ਹੀ ਗਿਣਿਆ ਜਾਏਗਾ, ਕਿ ਜਦੋਂ ਪੰਚਾਨੰਦ ਗਿਰੀ ਮਹਾਰਾਜ ਸੜਕਾਂ ਤੇ ਨਿਕਲਦੇ ਆ ਤਾਂ ਇਸ ਤਰ੍ਹਾਂ ਗਨਮੈਨ ਵੀ ਨਾਲ ਹੁੰਦੇ ਆ ਇਹਨਾਂ ਦੇ, ਇਹ ਤੁਹਾਡੇ ਹੀ ਸਾਰੇ ਸਿਪਾ ਸਲਾਰ ਨੇ, ਇਹ ਗੌਰਮੈਂਟ ਦੀ ਸੁਰੱਖਿਆ ਦਿੱਤੀ ਹੋਈ ਹੈ, ਮੈਂ ਕਹਿ ਰਿਹਾ 38 ਸਾਲ ਹੋ ਗਏ। ਅੱਛਾ, ਇੱਕ ਚੀਜ਼ ਆ, 38 ਸਾਲ ਹੋ ਗਏ, 84 'ਚ ਜਦੋਂ ਭਿੰਡਰਾਂ ਵਾਲੇ ਖਤਮ ਹੋ ਗਏ ਸੀਗੇ, ਉਸ ਤੋਂ ਬਾਅਦ ਆਪਾਂ 10 ਸਾਲ ਆ ਲਈ ਅੱਗੇ 94 ਤੱਕ, 84 ਤੋਂ 93 ਤੱਕ ਅੱਤ ਵੱਧ ਰਿਹਾ, ਮੈਂ 94 ਤੱਕ ਕਹਿ ਰਿਹਾ, ਮੈਂ ਕਿਹਾ 93 ਤੱਕ ਰਿਹਾ, 9 ਸਾਲ ਲਾ ਲਓ, 95 'ਚ ਫਿਰ ਬੈਂਸ ਸਿੰਘ ਮਰਿਆ ਦੁਬਾਰਾ, ਬੰਬ ਨਾਲ ਉਡਾ ਦਿੱਤਾ ਗਿਆ, ਲੇਕਿਨ ਉਹ ਜਿਹੜੇ ਥ੍ਰੈਟ ਥੇ ਲਗਾਤਾਰ ਆਈਐਸਆਈ ਦੇ ਚੱਲਦੇ ਰਹੇ, ਕਿਉਂਕਿ ਪਾਕਿਸਤਾਨ ਦੀ ਆਈਐਸਆਈ ਏਜੰਸੀ ਨੇ ਕਦੇ ਚਾਹਿਆ ਹੀ ਨਹੀਂ ਕਿ ਪੰਜਾਬ ਜਾਂ ਹਿੰਦੁਸਤਾਨ ਦੇ ਅੰਦਰ ਸ਼ਾਂਤੀ ਹੋਵੇ, ਉਹਨਾਂ ਦਾ ਤਾਂ ਹਰ ਟਾਈਮ ਇਹੀ ਸੋਚ ਰਹਿੰਦੀ ਹੈ, ਉਹਨਾਂ ਦੀ ਮੀਟਿੰਗਾਂ ਇਹੀ ਚੱਲਦੀਆਂ ਕਿ ਅਸੀਂ ਕਿੱਦਾਂ ਪੰਜਾਬ 'ਚ ਹਿੰਦੂ ਸਿੱਖ ਲੜਾ ਦਈਏ,
ਕਿੱਦਾਂ ਖਾਲਿਸਤਾਨ ਮੂਵਮੈਂਟ ਜ਼ਿੰਦਗੀ ਕਰ ਦਈਏ, ਕਿੱਦਾਂ ਕਸ਼ਮੀਰ ਦੇ ਅੰਦਰ ਅੱਗ ਲਵਾ ਦਈਏ, ਕਿੱਦਾਂ ਦਿੱਲੀ 'ਚ ਬੰਬ ਪੜਵਾ ਦਈਏ, ਉਹਨਾਂ ਦਾ ਕੰਮ ਹੀ ਇਹੀ ਹੈ। ਇਸ ਕਰਕੇ ਜਦ ਜਦ ਇਨਪੁੱਟ ਸਰਕਾਰਾਂ ਕੋਲ ਆਉਂਦੀ ਹੈ ਉਹ ਰੈਗੂਲਰ ਸੁਰੱਖਿਆ ਰੱਖਦੀਆਂ, ਨਹੀਂ ਸੁਰੱਖਿਆ ਵਾਪਸ ਹੋ ਜਾਂਦੀ ਹੈ ਅਗਰ ਥ੍ਰੈਟ ਦੀ ਇਨਪੁੱਟ ਨਾ ਹੁੰਦੀ। ਮੇਰਾ ਜਦੋਂ ਆਪ ਜੀ ਨੂੰ ਯਾਦ ਹੋਏਗਾ ਕੁਛ ਸਮੇਂ ਪਹਿਲਾਂ ਤੁਹਾਡੇ ਸਥਾਨ 'ਤੇ ਮੇਰਾ ਆਉਣਾ ਹੋਇਆ ਸੀ, ਉਦੋਂ ਵੀ ਦੇਖਿਆ ਸੀ ਪੂਰਾ ਤਾਮ ਜਾਮ। ਥੋੜ੍ਹੇ ਦਿਨ ਪਹਿਲਾਂ ਮੇਰਾ ਮੋਹਾਲੀ ਜਾਣਾ ਹੋਇਆ, ਬਲਵੀਰ ਸਿੰਘ ਜਿਹੜੇ 96 ਕਰੋੜੀ ਮੁਖੀ ਨੇ ਉਹਨਾਂ ਦੀ ਰਿਹਾਇਸ਼ 'ਤੇ ਮੈਂ ਗਿਆ। ਹਾਂਜੀ, ਅਤੇ ਮੈਨੂੰ ਐਂ ਲੱਗਿਆ ਸ਼ਾਇਦ ਮੈਂ ਕਿਸੇ ਪਤਾ ਨਹੀਂ DGP ਤੋਂ ਵੀ ਕੋਈ ਉੱਪਰ ਦਾ ਬੰਦਾ ਹੋਏਗਾ, ਉਹਦੇ ਘਰ ਦੇ ਬਾਹਰ ਇੰਨੀ ਕੁ ਫੋਰਸ ਸੀਗੀ। ਗੱਲ ਉਹਨਾਂ ਨੇ ਵੀ ਸਿੱਖੀ ਪ੍ਰਚਾਰ ਦੀ ਕਰਨੀ ਹੈ, ਪਰ ਉੱਥੇ ਜਾਣ ਲੱਗਿਆ ਮਤਲਬ 10-10 ਗਨਮੈਨ ਖੜੇ ਨੇ। ਹਾਂਜੀ, ਉਹ ਕਿੱਦਾਂ ਵਿਸ਼ਵਾਸ ਕਰੇ ਯਾਰ ਕਿ ਇਹ ਧਰਮ ਕੰਮ ਕਰ ਰਹੇ ਨੇ ਬੰਦੇ? ਐਸਾ ਉਹਨਾਂ ਦਾ ਇੱਕ ਮਾਮਲਾ ਅਲੱਗ ਹੈ, ਕਿਉਂਕਿ ਬੁੱਢਾ ਦਲ ਦੀ ਵੀ ਕੰਫਰਮ ਜਿਹੜਾ ਮਰਡਰ ਹੋਏ 3 ਪਟਿਆਲੇ ਦੇ ਅੰਦਰ, ਉਸ ਤੋਂ ਬਾਅਦ ਉਹ ਲੋਕ ਅੱਜ ਤੱਕ ਭਗੋੜੇ ਨੇ। ਬਲਵੀਰ ਸਿੰਘ ਉਹਨਾਂ ਦੀ ਹਿੱਟ ਲਿਸਟ 'ਤੇ ਹੈ, ਕਦੇ ਵੀ ਉਹਨਾਂ ਨੂੰ ਨਿਸ਼ਾਨਾ ਬਣਾ ਸਕਦੇ ਨੇ। ਗੱਦੀਆਂ ਦਾ ਰੋਲ ਹੈ, ਉਹ ਧਾਰਮਿਕ ਗੱਦੀਆਂ ਦਾ ਰੋਲ ਵਾਲੇ ਪਾਸੇ ਨਹੀਂ ਹੈ, ਸਾਡੇ ਵਾਲੇ ਪਾਸੇ ਤਾਂ ਕੋਈ ਰੋਲ ਹੀ ਨਹੀਂ, ਕਿਉਂਕਿ ਅਸੀਂ ਕਿਸੇ ਦੀ ਗੱਦੀ 'ਤੇ ਵਿਰਾਜਮਾਨ ਹੀ ਨਹੀਂ। ਜੇ ਆਪਾਂ ਹਿੰਦੂ ਧਰਮ ਆਗੂਆਂ ਦੀ ਗੱਲ ਕਰਨੇ, ਸਨਾਤਨੀ ਆਗੂਆਂ ਦੀ 5-7 ਨੇ ਪੂਰੇ ਪੰਜਾਬ 'ਚ, ਜਿਹੜੇ ਤੁਸੀਂ ਵੀ ਉਹਨਾਂ ਦੀ ਲਿਸਟ 'ਚ ਆਉਂਦੇ ਹੋ, ਜਿਹਨਾਂ ਨੂੰ ਮੇਰੇ ਖਿਆਲ ਨਾਲ ਰੋਜ਼ ਕਿਤੇ ਨਾ ਕਿਤੇ ਪਾਕਿਸਤਾਨ ਤੋਂ ਜਾਂ ਕਦੀ ਬਾਹਰਲੇ ਮੁਲਕ ਤੋਂ ਜਾਣ ਦੀ ਮਾਰਨ ਦੀ ਧਮਕੀ ਆ ਜਾਂਦੀ ਹੈ, ਇਹ ਤੁਹਾਡੇ 5-7 ਨੂੰ ਕਿਉਂ ਟਾਰਗੇਟ ਹੈਗਾ? ਐਕਚੁਅਲੀ ਐਸਾ ਉਹ ਲੋਕ ਲੀਡਰੀ ਕਰ ਰਹੇ ਨੇ, ਅਸੀਂ ਧਰਮ ਕਰ ਰਹੇ ਹਾਂ। ਮੇਰੇ ਇਹ ਧਾਰਮਿਕ ਚੋਲਾ ਹੈ, ਉਹਨਾਂ ਦਾ ਹਿੰਦੂ ਸਿੱਖਾਂ ਦੇ ਖਿਲਾਫ, ਟੈਰਿਸਟਾਂ ਦੇ ਖਿਲਾਫ ਚੋਲਾ, ਦੂਸਰਾ ਰਾਜਨੀਤਿਕ ਚੋਲਾ ਹੈ। ਮੈਂ ਤਾਂ ਮਾਤਾ ਕਮੱਖਿਆ 'ਚ ਹੁਣ ਜੂਨ ਸਾਰਾ ਪੀਰੀਅਡ ਉੱਥੇ ਰਹਿੰਦਾ, ਉੱਥੇ ਹਾਂ ਗੁਹਾਟੀ ਦੇ ਅੰਦਰ, ਪਟਿਆਲੇ ਜਿੰਨਾ ਟਾਈਮ ਕਾਲੀ ਮਾਤਾ ਮੰਦਿਰ 'ਚ ਲਗਾਈਦਾ, ਠੀਕ ਹੈ, ਹਿਮਾਚਲ ਵਾਲੀ ਜਵਾਲਾ ਜੀ ਮੇਰੇ ਕੋਲ ਹੈ। ਤਾਂ ਮੇਰਾ ਤਾਂ ਕੰਮ ਆਪਣੇ ਸਥਾਨਾਂ 'ਤੇ ਜਾਣਾ ਆਉਣਾ, ਉੱਥੇ ਦੀ ਵਿਵਸਥਾ ਨੂੰ ਦੇਖਣਾ, ਇਸੀ ਤੋਂ ਬੜਾ ਘੱਟ ਵੇਲ ਮਿਲਦਾ। ਜਿੱਦਾਂ ਹੁਣ ਅੱਜ ਆਪਾਂ ਗੱਲ ਕਰੀਏ, ਅੱਜ ਆਪਣੀ 10 ਦਿਨ ਤੋਂ ਗੱਲ ਹੋ ਰਹੀ ਹੈ, 10 ਦਿਨਾਂ ਬਾਅਦ ਅੱਜ ਆਪਾਂ ਇਕੱਠੇ ਹੋ ਪਾ ਰਹੇ ਹਾਂ, ਬਿਲਕੁਲ ਠੀਕ ਹੈ, ਠੀਕ ਹੈ। ਇਸ ਕਰਕੇ ਅਸੀਂ ਲੋਕ ਸਿਰਫ ਉਦੋਂ ਬੋਲਦੇ ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਭਾਈਚਾਰੇ 'ਚ ਕੋਈ ਦਰਦਾਰ ਪਾ ਰਹੇ, ਵਰਨਾ ਧਰਮ ਦਾ ਪ੍ਰਚਾਰ ਕਰੇ ਯਾਰ, ਅੰਮ੍ਰਿਤ ਧਾਰਨ ਕਰਾਵੇ, ਸਾਨੂੰ ਕੀ ਤਕਲੀਫ ਹੈ? ਜਿੰਨੇ ਲੋਕ ਨਸ਼ਾ ਛੱਡਣਗੇ ਯੁਵਾ, ਸਾਡਾ ਉਨਾ ਫਾਇਦਾ, ਕਿਉਂਕਿ ਯੁਵਾ ਦੇਸ਼ ਦਾ ਭਵਿੱਖ ਹੈ। ਅੰਮ੍ਰਿਤ ਧਾਰਨ ਕਰਾਓ, ਬਹੁਤ ਅੱਛੀ ਗੱਲ ਹੈ, ਲੇਕਿਨ ਤੁਸੀਂ ਸਿੱਧਾ ਟਾਰਗੇਟ ਕਰੋ, ਤੁਸੀਂ ਖਾਲਿਸਤਾਨ ਮੰਗਦੇ ਆ। ਖਾਲੀ ਜਿਹੜੀ ਅੱਗ ਸੀ ਪਿੰਡਰਾਂ ਦੇ ਜਾਣ ਨਾਲ ਹਲੇ ਨਹੀਂ ਖਤਮ ਹੋਈ, ਸੁਲਗਣੀ ਖਤਮ ਹੋਣੀ ਹੋਈ ਹੈ, ਬਿਆਨ ਸਿੰਘ ਦੇ ਦੌਰ ਤੋਂ ਬਾਅਦ ਨਹੀਂ ਖਤਮ ਹੋਈ, ਖਤਮ ਹੋਈ। ਬੱਬਰ ਖਾਲਸਾ ਅੱਜ ਵੀ ਜਿੰਦਾ ਹੈ, ਖਾਲਿਸਤਾਨ ਮੂਵਮੈਂਟ ਅੱਜ ਵੀ ਜਿੰਦੀ ਹੈ, ਨਵੇਂ ਨਵੇਂ ਸੰਗਠਨ ਬਣ ਗਏ, ਸਾਰੇ ਲੋਕ ਜਿੰਦੇ ਨੇ ਪਾਕਿਸਤਾਨ ਦੇ ਬੈਠੇ ਦੇ ਬਾਹਰ ਖੜੇ ਆ। ਪੰਜਾਬ ਪੁਲਿਸ ਦੇ ਪੁਲਿਸ ਤਾਂ ਦਾਅਵੇ ਕਰਦੀ ਹੈ ਨਹੀਂ ਆਪਾਂ ਸਿਰ ਵੀ ਨਹੀਂ ਉੱਠਣ ਦਵਾਂਗੇ ਆਤੰਕਵਾਦ ਦਾ, ਤੇ ਖਤਮ ਵੀ ਹੋ ਚੁੱਕਾ ਬਾਹਰ ਬੈਠੇ। ਪੁਲਿਸ ਵਾਰਦਾਤਾਂ ਨੂੰ ਕਹਿ ਰਹੀ ਹੈ ਵੀ ਖਤਮ ਹੋ ਚੁੱਕਿਆ, ਫਿਰ ਸਾਡਾ ਸੂਰੀ ਕਿੱਦਾਂ ਮਰ ਗਿਆ? SP ਉੱਥੇ ਖੜਾ ਹੈ, DSP ਉੱਥੇ ਖੜਾ, ਸਾਰੇ ਉੱਥੇ ਖੜੇ ਹੈ, 16 ਗਨਮੈਨ ਖੜੇ ਨੇ, ਉਹਦੇ ਸਾਹਮਣੇ ਗੋਲੀਆਂ ਮਾਰਦੀ ਹੈ। ਤੁਹਾਨੂੰ ਨਹੀਂ ਲੱਗਦਾ ਇੱਕ ਮੌਕੇ ਦੀ ਭਾਵਨਾ ਸੀ ਸੰਦੀਪ ਸਿੰਘ ਸੰਨੀ ਦੀ? ਨਹੀਂ ਨਹੀਂ ਭਾਵਨਾ, ਉਹਨੇ ਇੱਕਦਮ ਦੇਖਿਆ ਯਾਰ ਮੇਰੇ ਸਾਹਮਣੇ ਹੈ ਸਾਡੇ ਮਾਰੇ ਬਾਣਾ ਬੋਲਦਾ, ਉਹਨੇ ਆਪਣਾ ਗੁੱਸਾ ਜ਼ਾਹਰ ਕਰਤਾ। ਭਾਵਨਾ ਨਹੀਂ ਹੋਇਆ ਕਰਦੀਆਂ, ਪਲੈਨਿੰਗ ਕਹੋਗੇ? ਪਲੈਨਿੰਗ ਕਹੋਗੇ? ਪ੍ਰੀ ਪਲੈਨਿੰਗ ਕੰਮ ਹੋਇਆ ਕਰਦੇ ਆ, ਭਾਵਨਾ ਨਹੀਂ ਹੋਇਆ ਕਰਦੀਆਂ, ਇੰਨੀ ਭਾਵਨਾ ਚ ਕਹਿੰਦੇ ਹੋ ਕਿ ਪੁਲਿਸ ਨੇ ਮਿਲ ਕੇ ਕਤਲ ਕਰਾਇਆ ਜਿਵੇਂ ਤੁਸੀਂ ਕਹਿੰਦੇ ਹੋ, SP ਖੜਿਆ, DSP ਖੜਿਆ, ਬਿਲਕੁਲ ਮਿਲੀ ਭਗਤ ਰਾਉਂ ਦੀ, ਤਾਂ ਬਾਅਦ ਚ ਵੀ ਉਹਦੇ ਗੋਲੀ ਤਾਂ ਮਾਰਦੇ, ਕਿਉਂ ਨਹੀਂ ਮਾਰੀ ਗੋਲੀ? ਗਨਮੈਨਾਂ ਨੇ ਮਾਰੀ, ਪੁਲਿਸ ਨੇ ਮਾਰੀ, ਅੱਜ ਬੜਾ ਵੱਡਾ ਸਟੇਟਮੈਂਟ ਫੜ ਲਿਆ ਸੀਗਾ, ਅੱਜ ਬੜਾ ਵੱਡਾ ਫੜਿਆ ਸਾਡੇ ਮੁੰਡਿਆਂ ਨੇ, ਹੈ ਪੁਲਿਸ ਨੇ ਨਹੀਂ, ਭੱਜ ਰਿਹਾ ਸੀ ਸਾਹਮਣੇ ਮਕਾਨ 'ਚ ਵੜ ਗਿਆ ਸੀ ਆਪਣੇ ਘਰੇ, ਹਾਂ ਸੂਰੀ ਦੀ ਬੰਦੂਕ ਤੋਂ ਸਾਡੇ ਮੁੰਡੇ ਨੇ ਗੋਲੀਆਂ ਚਲਾਈਆਂ, ਹਵਾਈ ਫਾਇਰ 2 ਮਾਰੇ ਤਾਂ ਫੜਿਆ ਗਿਆ, ਪੁਲਿਸ ਨੇ ਨਹੀਂ ਫੜਿਆ, ਪੁਲਿਸ ਤਾਂ ਸ਼ਾਂਤ ਬੈਠੀ ਸੀ। ਸਹੀ ਸਮਝਦੇ ਹੋ ਸੂਰੀ ਦੇ ਬਿਆਨਾਂ ਨੂੰ? ਤੁਸੀਂ ਕਹਿੰਦੇ ਹੋ ਧਰਮ ਦੇ ਆਪਾਂ ਨੂੰ ਸੂਰੀ ਦੇ ਬਿਆਨਾਂ ਦਾ ਸਮਰਥਨ ਨਹੀਂ ਕਰਦੇ, ਕਿਉਂਕਿ ਧੀਆਂ ਭੈਣਾਂ ਬਾਰੇ ਕੋਈ ਬੰਦਾ ਬੋਲਦਾ ਗਲਤ ਬੋਲਦਾ ਤਾਂ ਮਾੜੀ ਗੱਲ ਹੈ, ਉਹਦੇ ਬਿਆਨਾਂ ਦਾ ਸਮਰਥਨ ਨਹੀਂ ਕਰ ਰਹੇ, ਪਰ ਉਹਦਾ ਇਦਾਂ ਮਰਡਰ ਕਰ ਦੇਣਾ, ਉਹਦਾ ਵੀ ਸਮਰਥਨ ਨਹੀਂ ਕਰ ਰਹੇ, ਉਹਦਾ ਵਿਰੋਧ ਕਰਾਂਗੇ? ਉਹਦੇ ਨਾਲ ਵੀ ਇਹ ਕਿ ਅਮਨ ਕਾਨੂੰਨ ਕਿੱਥੇ ਹੈ ਪੰਜਾਬ 'ਚ? ਫਿਰ ਤੁਸੀਂ ਅਗਰ ਅੱਜ DG ਕਹਿ ਰਿਹਾ ਕਿ ਅੱਤਵਾਦ ਖਤਮ ਹੋ ਗਿਆ, ਫਿਰ ਕਿੱਦਾਂ ਮਰਡਰ ਹੋ ਰਹੇ ਨੇ? ਟਾਰਗੇਟ ਕਿਲਿੰਗ ਅਰੋੜਾ ਜੀ ਦੇ ਟਾਈਮ 16 ਬੰਦੇ ਮਰੇ, ਗਗਨੇਜਾ ਜੀ ਮਰੇ, ਮੇਰਾ ਹਿੰਦੂ ਤਖਤ ਦਾ ਅਮਿਤ ਮਰਿਆ, ਅਗਰ ਅੱਤਵਾਦ ਖਤਮ ਹੋ ਗਿਆ ਕਿੱਥੋਂ ਮਰ ਰਹੇ ਨੇ? ਫਿਰ ਤੁਸੀਂ ਫੜ ਰਹੇ ਵੀ ਇਹ ਸ਼ੇਰਾ ਥਾ ਇਟਲੀ ਤੋਂ ਆਉਂਦਾ ਥਾ, ਅੱਤਵਾਦ ਫੈਲਾਉਂਦਾ ਥਾ, ਉਹਦੇ ਘਰਦਿਆਂ ਨੂੰ ਵੀ ਪਤਾ, ਉਹ ਗੋਲੀ ਮਾਰ ਕੇ ਚਲਾ ਜਾਂਦਾ ਥਾ, ਫਿਰ ਇਹਦਾ ਮਤਲਬ ਅੱਤਵਾਦ ਜਿੰਦਾ ਹੈ? ਕਿਸ ਮਨਾਂ ਨਾਲ ਪੁਲਿਸ ਕਹਿ ਰਹੀ ਅੱਤਵਾਦ ਖਤਮ ਹੋ ਗਿਆ? ਤੁਸੀਂ ਠਹਿਰਾਉਂਦੇ ਹੋ ਮੇਰੇ ਕੰਮ ਸਰਕਾਰਾਂ ਦਾ, ਪੁਲਿਸ ਦਾ ਹੈਗਾ ਇਸ ਚੀਜ਼ ਨੂੰ ਕਾਬੂ ਕਰਨਾ, ਤੁਸੀਂ ਇਹਨੂੰ ਸਾਜ਼ਿਸ਼ਾਂ ਹੀ ਕਹੋਗੇ, ਲਾਪਰਵਾਹੀਆਂ ਕਹੋਗੇ, ਨਲਾਇਕੀ ਕਹੋਗੇ ਸਰਕਾਰਾਂ? ਅਸੀਂ ਸਾਜ਼ਿਸ਼ ਦੇ ਨਾਲ ਲਾਪਰਵਾਹੀ ਕਹਾਂਗੇ, ਮਿਲੀ ਭੁਗਤ। ਹਾਂ, ਮੈਂ ਤਾਂ ਸੈਂਟਰ ਨੂੰ ਵੀ ਦੋਸ਼ ਕਰ ਰਿਹਾ ਇਸ ਗੱਲ ਦਾ, ਇਕੱਲੀ ਸਟੇਟ ਨੂੰ ਨਹੀਂ ਕਰ ਰਿਹਾ, ਕਿਉਂਕਿ ਸੈਂਟਰ ਵੱਲ ਕਿਵੇਂ ਉਂਗਲ ਚੱਕ ਰਹੇ? ਸੈਂਟਰ ਵੱਲ ਇੱਦਾਂ ਹੀ ਉਂਗਲ ਚੱਕ ਰਹੇ ਕਿ ਸੈਂਟਰ ਅੱਜ ਪੰਜਾਬ ਨੂੰ ਦੇਖ ਨਹੀਂ ਰਿਹਾ, ਇਹ ਪੰਜਾਬ ਦੇ ਹਾਲਾਤ ਪੂਰੇ ਦੇਸ਼ ਲਈ ਘਾਤਕ ਹੋਣੇ ਆਉਣ ਵਾਲੇ ਟਾਈਮ 'ਚ, ਕਿਉਂਕਿ ਪੁਲਿਸ ਕਿੱਦਾਂ ਮਨੋਬਲ ਨਾਲ ਕੰਮ ਕਰੇਗੀ? ਜਿਹੜੇ ਪੁਲਿਸ ਨੇ ਪਹਿਲਾਂ ਅੱਤਵਾਦੀ ਮਾਰੇ, ਅੱਜ ਸਾਰੇ ਅਫਸਰ ਜੇਲ੍ਹਾਂ 'ਚ ਨੇ, DG ਤੱਕ,
केस भुगतने ने बादल ने उन्हें ह्यूमन राइट्स के तहत केस दिए तो अज के अफसर मैं तुम रोक रहा तुम कहने बी सूरी के बयान का विरोध करते हैं गलत बयान दिता स पर जिदा मारिया गया वो भी गलत है हूँ जो पुलिस वाले जिन्होंने झूठे मुकाबले किए हुए जी उन्होंने सजा हो रही है उस टाइम तो अतवादी दिखाते फिर वो कितना गलत है नहीं आटे नूं पलेथन लगता हुंदा जिंदगी दे अंदर हुण पिसदा ही हुंदा हाँ लेकिन गल ये है भी जिहड़े केसां च मैं जिहड़े अफसरां ते केस दर्ज बादल ने करे उन्होंने नजायज काउंटर नहीं करे अतवादी मारे थे उन्हां नूं अंदर अज पुलिस अफसर यह कहिंदा है कि जी उस टाइम असीं बच्चों तो साइड ते रहे अतवादियों नाल मुकाबला करन लई अज रिटायरमेंट के तहत असीं जेलां च बैठे हैं कोटा च धक्के खा रहे तो किद्दां दिलेरी पूरे हिंदुस्तान की पुलिस का मनोबल गिरे इस गल नाल कल्ले पंजाब दी नहीं पूरे हिंदुस्तान दी फोर्स दा मनोबल गिरिया एक चीज़ लई तुहानू राष्ट्रपति अवार्ड मिल रहे उसी चीज़ लई तुहाडे ते मुकदमा दर्ज करके कल नू तुसी अंदर कर रहे वो किहड़ा कानून है किहड़े देश दे राष्ट्रपति दा अवार्ड दा अपमान नहीं है। अच्छा की लगता हूँ थानू जिहड़ा ये हैगा हथियारां दी वेरीफिकेशन जिन्हां कोल लोड़ तो वध हैगे ने उन्हां दी वापस गनमैन वापस होने चाहिए कि नहीं होने चाहिए कोई भी बंदा होवे जिन्हूं मिले होए धर्मगुरु तो मुख तौर ते ने मैं कह रहा बिल्कुल एडमिनिस्ट्रेशन जो करना चाहती है जांच करे लसेंस कैंसल करें जिहड़े जायज लसेंस है वो रहन लेकिन जिहड़े लोग अज टारगेट ते आ रहे नहीं जिन्हां नूं थ्रैट आ रही उन्होंने लसेंस बनावे भी ना उन्होंने लसेंस बनावे भी कल्ले कैंसल वाले पास ही ना चले उन्होंने बली का बकरा ना बनाए अच्छा या अपने सरकारी असले दे दे जिदा पिछले अतवाद के टाइम चे थे गनमैन नहीं देंदे होंदे थे पिछली बार पिछले अतवाद के टाइम तुहाडे पंज बंदे नूं असला देता असीं बथेरे असले लए हां उदों कारबाइना भी लईआं 47 भी लईआं खुद प्रोवाइड करांदी सरकार सरकार करांदी थी अज भी पंजाब दे अंदर राय सिख वालिआं कोल होरां कोल उस टाइम दे प्रोवाइड करे गवर्नर दे असले हैगे की लगता है फिर थानू कि जिहड़ा ये सिलसिला एक तोरिया होया गनमैन वापस लैण दा कोई भी व्यक्ति है जिन्हों मिले हुए ने सही है क्योंकि जान का खतरा तो हरेक ने जताया होया देखो ऐसा पंजाब च तां आड़ती भी थानू मिलणगे जिहड़े कहणगे जी मैं कलैक्शन करके लिआना शाम नूं लखां रुपये मैनूं गनमैन दे दो नहीं 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 वो एक अलग पॉलिसी है तनखा दवे आड़ती है गनमैन ले ले पुगदा जिहड़ा बंदा देश प्रति धर्म के प्रति एकता की गल कर रहा है अगर वह हिट लिस्ट से तो उन्होंने सरकार की ड्यूटी बनती है गनमैन देना धर्म का तो काम ही की है तुम सिर्फ एक किसी धर्म को निंदना नहीं जो कोई किसी धर्म का प्रचारक है उन्हें अपने धर्म का प्रचार करना है उस हथियार शब्द आ किता जांदा है हथियार शब्द इसलिए आता है कि टैररिस्ट एक्टिविटी खत्म नहीं हुई अज तक खालिस्तान मूवमेंट कादे लिखा खालिस्तान चाहिए बाकी जो मुल्क है जिते मतलब या कंट्रियां या सूबे है जिते अतवाद है उत्थे भी चलन है उत्थे भी एवें ही है नहीं है वजह फिर उही इत्थे क्यों है उरे खालिस्तान मूवमेंट दे कारण लट्टियां दी गल कर लिए ओह मैं कहो मामले अलग ने उरे खालिस्तान दा जिहड़ा सिस्टम चलिया हिंदू सिखा च पाड़ पा के दंगे कराउण दा ओह बिल्कुल गलत है रीत उहदे कारण पंजाब एक चीज़ सुनो अज पंजाब नूं खालिस्तान बना दिंदे आ लोक पूरे हिंदुस्तान के अंदर जिहड़े सिख बैठे हो किथे जाणगे कलू पटना साहब जाने वीजा मंगांगे किहदे नाल वरतोगे सानू इह तां समझा दो अज अमरनाथ जाने लई सानू अगर तुहाडे कागज़ सही होण अमरीका दा वीजा 15 दिन च मिल जांदा श्राइन बोर्ड दा चक्कर पैंदा 15 दिन च मिल जांदा सानू अमरनाथ यात्रा करन लई डेढ़ डेढ़ महीना दो दो महीने लग जाने सिर्फ पास बनवाउण लई जिद्दां असीं बाहरली कंट्री च जाणा ਭਾਵੇਂ ਜਿੱਦਾਂ ਕਰਤਾਰਪੁਰ ਲਾਂਘਾ ਵੀ ਜਾਣਾ ਹੋਵੇ ਕਹਿੰਦੇ ਦੋ ਦੋ ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ ਇਹ ਹਾਲਾਤ ਨੇ ਤਾਂ ਤੁਸੀਂ ਕੀ ਚਾਹ ਕੀ ਰਹੇ ਹੈ ਚੰਦ ਮੁੱਠੀ ਭਰ ਲੋਗ ਤੁਹਾਡੀ ਮਨਸ਼ਾ ਕੀ ਹੈ ਉਰੇ ਕਿ ਤੁਹਾਨੂੰ ਅੱਜ ਤੱਕ ਕਦੇ ਹਿੰਦੂਆਂ ਨੇ ਤਕਲੀਫ ਦਿੱਤੀ ਹੈ ਜਿਹੜਾ ਤੁਸੀਂ ਕਹਿੰਦੇ ਆ ਵੀ ਅਸੀਂ ਖਾਲਿਸਤਾਨ ਬਣਾ ਕੇ ਹਿੰਦੂ ਕੱਢਣੇ ਰੈਫਰੈਂਡਮ ਕੀ ਕਹਿੰਦਾ ਕਾਨੂੰਨ ਕੀ ਕਹਿੰਦਾ ਲਾ ਕੀ ਕਹਿੰਦਾ ਕਿ ਬਣ ਸਕਦਾ ਕੋਈ ਵੀ ਮੁਲਕ ਬਣ ਸਕਦਾ ਜਿੱਥੇ ਲੋਕਾਂ ਦੀ ਬਹੁਤ ਆਇਤ ਹੋਵੇ ਸਾਰਕ ਦੇਸ਼ਾਂ ਦੀ ਮੀਟਿੰਗ ਹੋਵੇ ਵੋਟਿੰਗ ਪੈ ਕੇ ਬਣ ਸਕਦਾ ਤੁਹਾਡੀ ਗੱਲ ਕੱਟਾਂਗਾ वो UNI का सिस्टम है पहला मैं दस रहा ना लेकिन वो वोटिंग पंजाब च होनी चाहिए है विदेशों च बैठ के नहीं ये पन्नू वर्गियां नू मैं कहना ब्यूरे आ क्यों फुद्दू बना रहे पंजाब के सरदारा तू है उत्थे सिटीजनशिप लेके बैठा पाड़ पासपोर्ट आ पंजाब फिर देखिए कि वोटिंग तेन होंगी है किन्ने बंदे तेन परचे दर्ज है नहीं मैं क्या देखते हैं किन्ने बंदे वोटिंग करते हैं तेन वो दावा करदा 1,00,000 सिख मेरे ही वोट वाले पासे खड़ा होगा चैलेंज है मेरा अंग्रेज खालिस्तान ये चंद मुठ्ठी भर लोग ने मुठ्ठी भर दे नाम ले दो मान वर्गे अमृतपाल वर्गे जिहड़े पिंडर वाले की सोच नूं जिंदा रखना चाहते हैं सरेआम बोलते हैं असीं कोई डरदे हैं किसी तो दस
ਸੋ ਪੰਚਾਨੰਦ ਗਿਰੀ ਜੀ ਨਾਲ ਸਾਡੀਆਂ ਬੜੀ ਖੁੱਲ੍ਹ ਕੇ ਦੇਖ ਲਓ ਗੱਲਾਂ ਹੋ ਰਹੀਆਂ ਨੇ ਔਰ ਕਹਿ ਰਹੇ ਨੇ ਕਿ ਉਹ ਜਿਹੜੀ ਆਪਾਂ ਗੱਲ ਉੱਠਦੀ ਨਾ ਖਾਲਿਸਤਾਨ ਦੀ ਵੀ ਹੋਣਾ ਚਾਹੀਦਾ ਪਰ ਇੱਕ ਸੰਵਿਧਾਨਕ ਤੌਰ ਤੇ ਕੀ ਹੈ ਕਿ ਇਸ ਸੂਬੇ ਦੇ ਅੰਦਰ ਆ ਕੇ ਜੇ ਗੱਲਬਾਤ ਹੋਵੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੋਵੇ ਤਾਂ ਠੀਕ ਹੈ ਪਰ ਜੇ ਤੁਸੀਂ ਹਥਿਆਰਾਂ ਦੇ ਬਲ ਤੇ ਕਿਸੇ ਇੱਕ ਨੂੰ ਮਾੜਾ ਆਖ ਕੇ ਕਿਸੇ ਧਰਮ ਵਿਸ਼ੇਸ਼ ਨੂੰ ਨਿੰਦ ਕੇ ਜੇ ਤੁਸੀਂ ਇਦਾਂ ਦੀ ਗਤੀਵਿਧੀਆਂ ਕਰਦੇ ਹੋ ਤਾਂ ਕਿਤੇ ਨਾ ਕਿਤੇ ਆਪਣਾ ਇਹ ਹਾਨੀਕਾਰਕ ਹੋ ਸਕਦਾ ਅਮਨ ਸ਼ਾਂਤੀ ਪਸੰਦ ਲੋਕਾਂ ਲਈ ਔਰ ਭਗਵੰਤ ਸਿੰਘ ਮਾਨ ਜਿਹੜੇ ਆਪਣੇ ਮੁੱਖ ਮੰਤਰੀ ਵੀ ਨੇ ਤੇ ਗ੍ਰਹਿ ਮੰਤਰੀ ਵੀ ਨੇ ਪੰਜਾਬ ਦੇ ਉਹਨਾਂ ਨੂੰ ਵੀ ਇੱਕ ਨਸੀਹਤ ਜਿਹੜਾ ਦੇ ਰਹੇ ਨੇ ਅੱਜ ਪੰਚਾਨੰਦ ਗਿਰੀ ਜੀ ਕਿ ਤੁਹਾਨੂੰ ਥੋੜ੍ਹਾ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਨੇ ਗਨਮੈਨ ਵਾਪਸ ਲੈਣ ਨਾਲ ਹਥਿਆਰਾਂ ਦੇ ਲਾਇਸੈਂਸ ਘਟਾਉਣ ਨਾਲ ਤੁਹਾਨੂੰ ਲੱਗਦਾ ਕਿ ਜੇਕਰ ਤੁਸੀਂ ਗਲਤ ਸੋਚ ਵਾਲੇ ਲੋਕਾਂ ਨੂੰ ਕਾਬੂ ਕਰ ਸਕਦੇ ਹੋ ਤਾਂ ਉਹਨਾਂ ਤਾਂ ਜੇ 2 ਨੰਬਰ ਦੇ ਹਥਿਆਰ ਲੈ ਕੇ ਕੰਮ ਕਰਨਾ ਤਾਂ ਉਹ ਵੀ ਮੂਵਮੈਂਟ ਜਿਹੜਾ ਹੈਗੀ ਚੱਲਦੀ ਰਹੇਗੀ ਸੋ ਸਰਕਾਰਾਂ ਦੀ ਕਿਤੇ ਨਾ ਕਿਤੇ ਆਪਾਂ ਕਹੀਏ ਮਿਲੀ ਭੁਗਤ ਜਾਂ ਸਿਆਸੀ ਲਾਹਾ ਲੈਣ ਦੀ ਜਿਹੜੀ ਖੁਆਇਸ਼ ਇੱਛਾ ਤਮੰਨਾ ਹੁੰਦੀ ਹੈ ਉਹ ਕਿਤੇ ਨਾ ਕਿਤੇ ਪੰਜਾਬ 'ਚ ਸੁੱਖ ਅਤੇ ਸ਼ਾਂਤੀ ਵਾਲੀ ਹਵਾ ਹਾਲੇ ਵੀ ਵਗਣ ਨਹੀਂ ਦੇ ਰਹੀ ਆਸਾਰ ਇਹੋ ਜਿਹੇ ਹੈਗੇ ਨੇ ਵਿਜੇ ਹੈਪੀ ਦੇ ਨਾਲ ਬਲਜੀਤ ਮਰਵਾਹਾ ਸਕਰੋਲ ਪੰਜਾਬ ਚੰਡੀਗੜ੍ਹ